विदेश जाके वसण दा चा वध रहा है ते इसे दे चलदे अनेक मामले सामने आ रहे ने। बाहर चली गई तो साडा पोतिया ते ओ बेचारा इत्थे दिने रात दुखी रहिंदा ते असीं तां ओहदी ध्यान रखदे रहिंदे आ किते किसे गल ते सोच च किसे च उरे परे ना कर लवे कुछ। ਅਤੇ ਉਹ ਤੋਂ ਬਾਅਦ ਉਹ ਸਾਡੇ ਨਾਲ ਗੱਲਬਾਤ ਘੱਟ ਕਰਦੀ ਹੈ ਹੌਲੀ ਹੌਲੀ ਕਰਕੇ ਉਹਨੇ ਸਾਡੇ ਨੰਬਰ ਸਾਰੇ ਬਲੌਗ 'ਚ ਪਾ ਦਿੱਤੇ। ਹਾਂਜੀ ਸਾਡੇ ਕੋਲ ਸਾਰੇ ਪਰੂਫ ਹੈਗੇ ਨੇ ਜੀ ਅਸੀਂ 32 ਤੋਂ 33 ਲੱਖ ਰੁਪਇਆ ਲਾਇਆ ਜੀ ਸਾਡਾ। ਤੁਹਾਡੀਆਂ ਅੱਖਾਂ 'ਚ ਹੰਝੂ ਕਿਉਂ? ਹੰਝੂ ਤਾਂ ਦੁੱਖ ਹੋਣਾ ਇੱਕ ਮੁੰਡੇ ਦੀ ਜ਼ਿੰਦਗੀ ਖਰਾਬ ਹੋ। ਅਕਤੂਬਰ 'ਚ ਕਿਹਾ ਸੀ ਕਿ ਮੈਂ ਨਵੰਬਰ 'ਚ ਜਾਊਂਗੀ ਇੰਡੀਆ। ਅਕਤੂਬਰ 'ਚ ਕਿਹਾ ਸੀ ਕਹਿੰਦੀ ਮੈਂ ਆ ਜਾਊਂਗੀ ਨਵੰਬਰ ਦੇ ਵਿੱਚ ਇੰਡੀਆ 20 ਨਵੰਬਰ ਨੂੰ ਮੈਂ ਇੰਡੀਆ ਆ ਜਾਊਂ। ਆਖਰੀ ਗੱਲ ਤੁਹਾਡੀ ਇਹ ਹੋਈ ਹੈ ਉਸ ਤੋਂ ਬਾਅਦ ਉਹਨੇ ਬਲੌਕ ਕਰ ਦਿੱਤਾ? ਹਾਂਜੀ ਆਖਰੀ ਗੱਲ ਇਹ ਹੋਈ ਹੈ ਜੀ ਬਾਅਦ 'ਚ ਉਹਨੇ ਨੰਬਰ ਸਾਡੇ ਸਾਰੇ ਬਲੌਕ ਕਰ ਦਿੱਤੇ। ਇਹ ਜਿਹੜਾ ਤੁਸੀਂ ਮੈਨੂੰ ਨੰਬਰ ਦਿੱਤਾ ਹੈ ਇਹ ਕਿਹਦਾ ਨੰਬਰ ਹੈ? ਇਹ ਉਹਦੇ ਲੜਕੀ ਦੇ ਭਰਾ ਦਾ ਹੋਊਗਾ ਜੀ, ਲੜਕੀ ਮਨਜੋਤ ਸਿੰਘ। ਅੱਛਾ ਇਹ ਨੰਬਰ ਬਦਲਿਆ ਹੈ? ਕਾਲ ਕੀਤਾ ਗਿਆ ਨੰਬਰ ਵਰਤੋਂ ਵਿੱਚ ਨਹੀਂ ਹੈ। ਉਹ ਵੀ ਨੰਬਰ ਬਦਲਿਆ ਹੋਇਆ? ਬਿਲਕੁਲ ਬਹੁਤ ਵਧੀਆ ਟੀਕੇ ਨਾਲ ਰਹੇ 3 ਮਹੀਨੇ ਹੀ। ਉਸ ਤੋਂ ਬਾਅਦ ਪਤਾ ਨਹੀਂ ਕੀ ਗੱਲ ਨਹੀਂ ਹੋਈ ਤੁਹਾਡੀ। ਬਾਕੀ 20 ਕਿੱਲੇ ਜ਼ਮੀਨ ਮੈਂ ਠੇਕੇ 'ਤੇ ਲੈ ਕੇ ਵੇਚਦਾ ਰਿਹਾ ਜੀ। ਇੱਕ ਮੇਰੀ ਡੇਅਰੀ ਸੀ, 15-16 ਮੱਝਾਂ ਸੀ, ਜਿਹਦੇ ਵਿੱਚ ਕੁਛ ਮੱਝਾਂ ਵਿੱਚ ਗਏ। ਤੁਹਾਨੂੰ ਤਲਾਕ ਦੇ ਕਾਗਜ਼ ਭੇਜੇ ਹੋਏ ਨੇ ਅਸੀਂ ਹੁਣੇ ਦੇਖੇ। ਹਾਂਜੀ ਹਾਂਜੀ ਉਹਨਾਂ ਤਲਾਕ ਦੇ ਕਾਗਜ਼ ਪਿਛਲੀ ਅਗਸਤ ਦੇ ਵਿੱਚ ਉਹਨਾਂ ਤਲਾਕ ਦੇ ਕਾਗਜ਼ ਹੋਏ ਲਾ ਦਿੱਤੇ। ਹਾਂਜੀ ਹਾਂਜੀ ਜਦੋਂ ਸਾਰਾ ਕੁਛ ਪ੍ਰਕਿਰਿਆ ਖਤਮ ਹੋ ਗਈ ਫੀਸ ਵਾਲੀ ਜੋ ਵੀ ਕੁਛ, ਉਦੋਂ ਬਾਅਦ ਦੇ ਵਿੱਚ ਮਾਂ ਪਿਓ ਦੀ ਜਿੱਦਾਂ ਕਹਿ ਲਈਏ ਸਹਿਮਤੀ ਨਾਲ ਅਸੀਂ ਤਾਂ ਇਹ ਸਮਝਦੇ ਵੀ ਇਹ ਕੁਛ ਹੋਇਆ ਜੋ ਵੀ ਕੁਛ ਹੋਇਆ। ਬਿਲਕੁਲ ਜੀ ਇਹ ਧੰਦਾ ਬਣ ਚੁੱਕਾ ਵੇਖੋ, ਧੀਆਂ ਸਾਰਿਆਂ ਦੀਆਂ ਨੇ, ਪਰ ਇਹ ਬਹੁਤ ਮਾੜੀ ਗੱਲ ਅਤੇ ਸ਼ਰਮ ਵਾਲੀ ਗੱਲ ਆ ਵੀ ਜਦੋਂ ਧੀਆਂ ਦੇ ਮਾਪੇ ਇਹ ਕੁਛ ਕਰਨ ਲੱਗ ਪੈਣ ਜਾਂ ਧੀਆਂ ਇਹ ਕਰਨ ਲੱਗ ਪੈਣ, ਮਗਰ ਫਿਰ ਕੀ ਰਹਿ ਜਾਂਦਾ ਜੀ? ਇੱਦਾਂ ਮਿਹਨਤ ਕਰਕੇ ਕੁਛ ਪੈਸੇ ਇਕੱਠੇ ਕਰਕੇ ਉੱਥੋਂ ਫੜ ਇੱਥੋਂ ਫੜ ਕਰਕੇ ਅਤੇ ਉਹ ਲੜਕੀ ਦੀਆਂ ਫੀਸਾਂ ਤਾਰੀਆਂ ਸਭ ਕੁਛ ਆਪਦੀਆਂ ਰੀਝਾਂ, ਇੱਕ ਹੀ ਲੜਕਾ ਹੈ ਅਤੇ ਰੀਝਾਂ ਲਾਈਆਂ ਪਰ ਉਹ ਰੀਝਾਂ 'ਤੇ ਪਾਣੀ ਫਿਰ ਗਿਆ ਜੀ। ਆਪਦੇ ਘਰੇ ਜਿੱਥੇ ਤੁਹਾਡਾ ਜ਼ੋਰ ਲੱਗਦਾ ਉਹਦਾ ਲਾਓ, ਨਾ ਸਾਡੀ ਕੁੜੀ ਤੁਹਾਡੇ ਘਰੇ ਅੱਜ ਆਵੇ ਨਾ ਕੱਲ ਆਵੇ। ਤੁਹਾਡੀ ਕੀ ਮੰਗ ਹੈ? ਤੁਹਾਨੂੰ ਪੈਸੇ ਵਾਪਸ ਚਾਹੀਦੇ ਨੇ ਕਿ ਨੂੰ ਵਾਪਸ ਆਵੇ? ਨੂੰ ਵਾਪਸ ਚਾਹੀਦੀ ਜੀ ਸਾਨੂੰ। ਪਰ ਜੇ ਆਉਣਾ ਹੀ ਨਹੀਂ ਚਾਹੁੰਦੀ, ਜੋ ਵਸਣਾ ਹੀ ਨਹੀਂ ਚਾਹੁੰਦੀ? ਨਹੀਂ ਜੀ ਉੱਥੋਂ ਭਾਵੇਂ ਡਿਵੋਰਟ ਹੋਵੇ ਕੁਛ ਹੋਵੇ ਜੀ, ਅਸੀਂ ਆਨੇ ਵੀ ਬਸ ਆਉਣਾ ਚਾਹੀਦਾ ਜੀ। ਇਹ ਮੇਰੀ ਸੱਸ ਕਸ਼ਮੀਰ ਕੌਰ ਨੇ ਜੀ, ਉਹਨਾਂ ਹੀ ਸਾਰਾ ਕੁਛ ਕੀਤਾ ਜੀ। ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਦੇ। 2 ਕੁ ਮਹੀਨੇ ਮੈਂ ਕੁਛ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਰਾਂ ਅਤੇ ਕਰਾਂ, ਕੀ ਕਹਿਣ ਨੂੰ ਜਾਵਾਂ ਕੁਛ ਕਰਾਂ। ਅਸੀਂ ਮਿਹਨਤਾਂ ਵੀ ਕੀਤੀਆਂ ਉੱਥੇ ਜਾ ਕੇ ਕਿ ਤੁਸੀਂ ਇੰਝ ਨਾ ਕਰੋ। ਉਹਨਾਂ ਅੱਗੋਂ ਜਵਾਬ ਦਿੱਤੇ ਕਹਿੰਦੇ ਜਾਓ ਕੁਛ ਕਰ ਲਓ, ਸਾਡੀ ਕੁੜੀ ਪੱਕੇ ਭਾਂਡੇ ਪੈ ਗਈ। ਇਹ ਨਹੀਂ ਸਾਨੂੰ ਸਮਝ ਆਈ ਕਿਹੜੇ ਪੱਕੇ ਭਾਂਡੇ ਪੈ ਗਏ। ਤੁਸੀਂ ਜੋ ਲੱਗਦਾ ਰਿਪੋਰਟ ਹੁੰਦੀ ਰਿਪੋਰਟ ਕਰਾ ਲਓ, ਕੁਛ ਹੁੰਦਾ ਕੁਛ ਕਰਾ ਲਓ। ਸੁਪਨੇ ਤਾਂ ਬਹੁਤ ਲੰਮੇ ਸੀ ਪਰ ਉਹਨੇ ਸਾਰਾ ਪਾਣੀ ਪੀ ਲਿਆ। ਮਾੜੀਆਂ ਨੀਤੀਆਂ ਨਾ ਕਰੋ, ਬੱਚੇ ਜੇ ਗਲਤੀ ਕਰਦਾ ਤਾਂ ਬੱਚੇ ਨੂੰ ਸਮਝਾਉਂਦਾ ਮਾਂ ਪਿਓ ਦਾ ਕੇ, ਤੇ ਜੇ ਮਾਂ ਪਿਓ ਵੀ ਬੇਈਮਾਨ ਹੋ ਜਾਵੇ ਵੀ ਮੈਂ ਇਹਨੂੰ ਪੈਸੇ ਲੈ ਲਾਂ ਗਾ ਵੇਚ ਲਾਂ ਕੁੜੀ। ਮੈਂ ਤਾਂ ਕਹਿੰਦਾ ਜੀ ਪਹਿਲੇ ਨੰਬਰ ਤੇ ਸਾਨੂੰ ਮੈਨੂੰ ਕਾਰ ਵਾਲੀ ਚਾਹੀਦੀ ਹੈ, ਜੇ ਉਹ ਨਹੀਂ ਆਉਣਾ ਚਾਹੁੰਦੀ ਤੇ ਉਹਨੂੰ ਡਿਵੋਰਸ ਦਾ ਕੀਤਾ ਜਾਵੇ। ਕਿਵੇਂ ਸਰਕਾਰ ਉਧਰਲੀ ਨੂੰ ਮੇਰੀ ਬੇਨਤੀ ਹੈ, ਕਹਿੰਦੇ ਪੈਸੇ ਨਹੀਂ ਚਾਹੀਦੇ ਮੈਨੂੰ, ਪੈਸੇ ਦੀ ਕੋਈ ਲੋੜ ਨਹੀਂ। ਇਹਨਾਂ ਕੋਲ ਵੀ ਫਿਲਹਾਲ ਉਹ ਨੰਬਰ ਨਹੀਂ ਹੈਗੇ, ਤੁਹਾਡੇ ਕੋਲ ਹੈਗੇ ਨੇ ਤੁਸੀਂ ਵਿੱਚੋਂ? ਬਦਲ ਲੈਣੇ ਸਾਰੇ, ਸਾਰੇ ਨੰਬਰ ਉਹ ਘਰ ਵੀ ਬਦਲ ਲੈ, ਸਾਰੇ ਘਰ ਵੀ ਬਦਲ ਲੈ, ਘਰ ਵੀ ਵੇਚ ਕੇ ਪੈਲੀ ਵੇਚ ਕੇ ਸਾਰਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਵਿੱਚ ਵਿਦੇਸ਼ ਜਾ ਕੇ ਵਸਣ ਦਾ ਚਾਅ ਵੱਧ ਰਿਹਾ ਅਤੇ ਇਸੇ ਦੇ ਚੱਲਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਨੇ, ਠੱਗੀਆਂ ਦੇ, ਧੋਖਾਧੜੀ ਦੇ। ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਮੁੰਡੇ ਦਾ ਪਰਿਵਾਰ ਕੁੜੀ ਨੂੰ ਆਇਲਸ ਕਰਵਾਉਂਦਾ, ਕੁੜੀ ਦੀ ਫੀਸ ਦਾ ਖਰਚਾ ਚੁੱਕਦਾ, ਟਿਕਟ ਤੱਕ ਦਾ ਖਰਚਾ ਚੁੱਕਦਾ, ਨੂੰਹਾਂ ਨੂੰ ਬਾਹਰ ਭੇਜ ਦਿੱਤਾ ਜਾਂਦਾ ਇਸ ਆਸ ਦੇ ਨਾਲ ਕਿ ਕੁਝ ਸਮੇਂ ਬਾਅਦ ਉਹਨਾਂ ਦਾ ਪੁੱਤਰ ਵੀ ਵਿਦੇਸ਼ ਚਲਾ ਜਾਏਗਾ, ਉੱਥੇ ਜਾ ਕੇ ਪਰਿਵਾਰ ਜਿਹੜਾ ਉਹ ਇੱਕ ਚੰਗਾ ਜੀਵਨ ਬਤੀਤ ਕਰੇਗਾ। ਪਰ ਇਸੇ ਦੇ ਚੱਲਦੇ ਅਨੇਕਾਂ ਮਾਮਲੇ ਧੋਖਾਧੜੀ ਦੇ ਸਾਹਮਣੇ ਆਏ ਨੇ। ਬਹੁਤ ਸਾਰੇ ਪਰਿਵਾਰਾਂ ਨੇ ਪੈਸੇ ਵੀ ਗਵਾ ਲਏ ਨੇ, ਘਰ ਦੀ ਇੱਜ਼ਤ ਵੀ ਗਵਾ ਲਈ ਹੈ, ਘਰ ਦੀਆਂ ਨੂੰਹਾਂ ਵੀ ਉੱਥੇ ਜਾ ਕੇ ਮੁਕਰ ਜਾਂਦੀਆਂ ਨੇ। ਬਹੁਤ ਸਾਰੇ ਮਾਮਲੇ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਚੁੱਕੇ ਨੇ, ਕਈ ਮਾਮਲੇ ਹਲੇ ਸਾਹਮਣੇ ਨਹੀਂ ਆਏ। ਹੌਲੀ ਹੌਲੀ ਲੋਕ ਅੱਗੇ ਆ ਰਹੇ ਨੇ, ਆਪੋ ਆਪਣੀ ਕਹਾਣੀ ਸਾਂਝੀ ਕਰ ਰਹੇ ਨੇ। ਇਸੇ ਦੇ ਚੱਲਦੇ ਮੱਖੂ ਦੇ ਲਾਗੇ ਇੱਕ ਪਿੰਡ ਹੈ ਜਿੱਥੇ ਅਸੀਂ ਆਏ ਹੋਏ ਹਾਂ। ਦਿਲਪ੍ਰੀਤ
ਨਾਮ ਦਾ ਨੌਜਵਾਨ ਮੇਰੇ ਨਾਲ ਮੌਜੂਦ ਹੈ। ਦਿਲਪ੍ਰੀਤ ਨੇ ਸਾਡੇ ਨਾਲ ਕੰਟੈਕਟ ਕੀਤਾ ਹੈ। ਹੱਥਾਂ ਦੇ ਵਿੱਚ ਅੱਜ ਅਨੇਕਾਂ ਪਰਿਵਾਰ ਕੁਝ ਕਾਗਜ਼ ਫੜ ਕੇ ਬੈਠੇ ਹੋਏ ਨੇ। ਜਿਹੜੇ ਨੌਜਵਾਨ ਨੇ, ਮੁੰਡੇ ਨੇ, ਉਹ ਆਪਣੇ ਵਿਆਹ ਦੀਆਂ ਐਲਬਮਸ ਜਿਹੜੀਆਂ ਨੇ, ਤਸਵੀਰਾਂ ਫੜ ਕੇ ਬੈਠੇ ਹੋਏ ਨੇ ਅਤੇ ਸਰਕਾਰਾਂ ਨੂੰ ਇਹ ਗੁਹਾਰ ਲਗਾ ਰਹੇ ਨੇ ਕਿ ਸਾਡੇ ਨਾਲ ਧੋਖਾਧੜੀ ਹੋਈ ਹੈ, ਸਾਡੇ ਨਾਲ ਠੱਗੀ ਹੋਈ ਹੈ। 32 ਲੱਖ ਰੁਪਇਆ ਇਸ ਪਰਿਵਾਰ ਨੇ ਲਗਾ ਦਿੱਤਾ ਸੀ। 32 ਲੱਖ ਲਗਾ ਕੇ ਘਰ ਦੀ ਨੂੰਹ ਨੂੰ ਕੈਨੇਡਾ ਭੇਜਿਆ ਅਤੇ ਫਿਰ ਨੂੰਹ ਨੇ ਜਦੋਂ ਪੁੱਤ ਨੂੰ ਬਾਹਰ ਬੁਲਾਉਣਾ ਸੀਗਾ, ਜਦੋਂ ਦਿਲਪ੍ਰੀਤ ਨੂੰ ਬਾਹਰ ਬੁਲਾਉਣ ਦੀ ਵਾਰੀ ਆਈ ਤਾਂ ਦਿਲਪ੍ਰੀਤ ਨੂੰ ਬਲੌਕ ਕਰ ਦਿੱਤਾ ਗਿਆ। ਇਲਜ਼ਾਮ ਦਿਲਪ੍ਰੀਤ ਨੇ ਲਗਾਏ ਨੇ। ਤਾਂ ਹੋਰ ਜਾਣਕਾਰੀ ਦਿਲਪ੍ਰੀਤ ਤੋਂ ਲੈ ਲੈਂਦੇ ਹਾਂ। ਦਿਲਪ੍ਰੀਤ, ਵਿਆਹ ਕਦੋਂ ਹੋਇਆ ਸੀ ਤੁਹਾਡਾ? ਸਾਡਾ ਵਿਆਹ July 7-8, 2018 ਨੂੰ ਹੋਇਆ ਹੈ ਜੀ। 2018 ਨੂੰ? ਹਾਂਜੀ। ਉਸ ਤੋਂ ਬਾਅਦ ਕਦੋਂ ਗਈ ਹੈ ਤੁਹਾਡੀ ਵਾਈਫ? ਸਾਡੀ, ਮੇਰੀ ਵਾਈਫ 28 ਦਸੰਬਰ 2018 ਨੂੰ ਕੈਨੇਡਾ ਦੇ ਵਿੱਚ ਜਾਂਦੀ ਹੈ ਅਤੇ 5 ਤੋਂ 6 ਮਹੀਨੇ ਕਰੀਬ ਸਾਡੇ ਘਰੇ ਵਿੱਚ ਰਹੀ ਹੈ। ਵਿਆਹ ਤੋਂ ਬਾਅਦ 6 ਮਹੀਨੇ ਇੱਥੇ ਰਹੀ ਹੈ ਪਿੰਡ ਦੇ ਵਿੱਚ, 6 ਮਹੀਨੇ ਬਾਅਦ ਕੈਨੇਡਾ ਚਲੀ? ਹਾਂਜੀ, 6 ਮਹੀਨੇ ਬਾਅਦ ਕੈਨੇਡਾ ਗਈ ਚਲੀ ਹੈ ਜੀ। ਅਤੇ ਉਹ ਕੈਨੇਡਾ ਗਈ ਚਲੀ 2018-28 ਦਸੰਬਰ ਨੂੰ। ਹਾਂਜੀ, ਬਾਅਦ 'ਚ ਸਾਡੇ ਨਾਲ ਪਾਏ 5-6 ਮਹੀਨੇ 7 ਮਹੀਨੇ ਵਧੀਆ ਗੱਲ ਕਰਦੀ ਆ। ਅਗਸਤ ਦੇ ਵਿੱਚ ਜਦੋਂ ਅਸੀਂ ਅਖੀਰਲੀ ਫੀਸ ਭਰ ਦਿੰਦੇ ਹਾਂ ਅਤੇ ਉਹ ਤੋਂ ਬਾਅਦ ਉਹ ਸਾਡੇ ਨਾਲ ਗੱਲਬਾਤ ਘੱਟ ਕਰਦੀ ਹੈ। ਹੌਲੀ ਹੌਲੀ ਕਰਕੇ ਉਹਨੇ ਸਾਡੇ ਨੰਬਰ ਸਾਰੇ ਬਲੌਗ 'ਚ ਪਾ ਦਿੱਤੇ ਗਏ। ਤੁਸੀਂ ਕਿੰਨੇ ਪੈਸੇ ਲਗਾਏ ਨੇ ਅਤੇ ਕਿੰਨੀਆਂ ਕਿੰਨੀਆਂ ਇੰਸਟਾਲਮੈਂਟਸ ਗਈਆਂ ਸੀ? ਤੁਹਾਡੇ ਕੋਲ ਦਸਤਾਵੇਜ਼ ਹੈਗੇ ਨੇ, ਉਹ ਪਰੂਫ ਹੈਗੇ ਨੇ? ਹਾਂਜੀ, ਸਾਡੇ ਕੋਲ ਸਾਰੇ ਪਰੂਫ ਹੈਗੀਆਂ ਨੇ। ਅਸੀਂ 32-33 ਲੱਖ ਰੁਪਇਆ ਲਾਇਆ ਜੀ ਸਾਰਾ। ਹਾਂਜੀ, ਅਤੇ ਇੱਕ ਫੀਸਾਂ ਵੀ ਹੁੰਦੀਆਂ ਪਰ ਵਿਆਹ 'ਤੇ ਵੀ ਖਰਚਾ ਅਸੀਂ ਸਾਰਾ ਕੀਤਾ ਜੀ। ਵਿਆਹ 'ਤੇ ਕਿੰਨਾ ਖਰਚਾ ਹੋਇਆ ਸੀ? ਵਿਆਹ 'ਤੇ 10-12 ਲੱਖ ਰੁਪਇਆ ਖਰਚਾ ਹੋਇਆ ਜੀ। ਦਿਲਪ੍ਰੀਤ, ਇੱਦਾਂ ਕਿਉਂ ਹੁੰਦਾ? ਕੀ ਲੱਗਦਾ, ਕੀ ਕਾਰਨ ਹੈ? ਕੁੜੀ ਉੱਥੇ ਜਾ ਕੇ ਕਿਉਂ ਮੁਕਰ ਗਈ ਹੈ? ਕੋਈ ਤਾਂ ਵਜ੍ਹਾ ਹੋਈ ਹੋਏਗੀ, ਕਦੇ ਲੜਾਈ ਹੋਈ ਹੋਣੀ ਹੈ, ਕੋਈ ਮਿਸਅੰਡਰਸਟੈਂਡਿੰਗ ਹੋ ਗਈ ਹੋਣੀ ਹੈ, ਕਿਸੇ ਗੱਲ ਨੂੰ ਲੈ ਕੇ ਵਿਚਾਰ ਵਟਾਂਦਰਾ ਜਦੋਂ ਹੋਇਆ ਹੋਣਾ ਤਾਂ ਭੇਦਭਾਵ ਕੁਛ ਤਾਂ ਹੋਇਆ ਹੋਣਾ? ਨਹੀਂ, ਕੁਛ ਭੇਦਭਾਵ ਨਹੀਂ ਹੋਇਆ ਜੀ। ਫੈਲ ਮੇਰੀ ਰਿਫਿਊਜ਼ ਆਈ ਹੈ ਜੀ 21 ਅਗਸਤ 2018 ਨੂੰ। ਏਜੰਟ ਨਾਲ ਉਹਨੇ ਹੀ ਉੱਧਰੋਂ ਬਾਹਰੋਂ ਕੈਨੇਡਾ ਤੋਂ ਫੈਲ ਅਪਲਾਈ ਕੀਤੀ ਹੈ ਜੀ। ਮੈਂ ਇੱਧਰੋਂ ਕੋਈ ਫੈਲ ਨਹੀਂ ਅਪਲਾਈ ਕੀਤੀ ਅਤੇ ਉਹ ਰਿਫਿਊਜ਼ ਆ ਜਾਂਦੀ ਆ ਅਤੇ ਮੈਂ ਏਜੰਟ, ਉਹ ਆਪੇ ਏਜੰਟ ਨੂੰ ਪੁੱਛਦੀ ਕਿ ਹੁਣ ਅੱਗੇ ਅਸੀਂ ਕੀ ਕਰੀਏ ਅਤੇ ਉਹ ਕਹਿੰਦਾ ਜੀ ਤੁਹਾਨੂੰ ਇੱਕ ਤਾਂ ਇੰਡੀਆ ਜਾਣਾ ਪੈਣਾ ਕਿ ਤੁਹਾਡੇ ਵਿਆਹ 'ਤੇ ਅੰਬੈਸੀ ਡਾਊਟ ਫੀਲ ਕਰਦੀ ਆ। ਕਹਿੰਦੀ ਕੋਈ ਨਹੀਂ, ਮੈਂ November 20 ਤੋਂ ਲੈ ਕੇ ਚੱਲ ਜੂੰਗੀ ਅਤੇ ਮੈਂ ਅਖੀਰ ਦਸੰਬਰ ਦੇ ਵਿੱਚ ਫਿਰ ਵਾਪਸ ਆ ਜੂੰਗੀ। ਇਹ ਗੱਲ ਹੁੰਦੀ ਹੁੰਦੀ ਅਕਤੂਬਰ ਦੇ ਵਿੱਚ ਉਹਨੇ 2-3 ਅਕਤੂਬਰ ਨੂੰ ਸਾਡੇ ਨੰਬਰ ਸਾਰੇ ਬਲੌਕ ਕਰਤੇ ਹੈ ਜੀ। ਅਕਤੂਬਰ 'ਚ ਕਿਹਾ ਸੀ ਕਿ ਮੈਂ ਨਵੰਬਰ 'ਚ ਜਾਊਂਗੀ ਇੰਡੀਆ? ਅਕਤੂਬਰ 'ਚ ਕਿਹਾ ਸੀ, ਕਹਿੰਦੀ ਮੈਂ ਆ ਜਾਊਂਗੀ ਨਵੰਬਰ ਦੇ ਵਿੱਚ ਇੰਡੀਆ, 20 ਨਵੰਬਰ ਨੂੰ ਮੈਂ ਇੰਡੀਆ ਆ ਜਾਊਂਗੀ। ਆਖਰੀ ਗੱਲ ਤੁਹਾਡੀ ਇਹ ਹੋਈ ਹੈ, ਉਸ ਤੋਂ ਬਾਅਦ ਉਹਨੇ ਬਲੌਕ ਕਰਤਾ? ਹਾਂਜੀ, ਆਖਰੀ ਗੱਲ ਇਹੋ ਹੋਈ ਹੈ ਜੀ, ਬਾਅਦ 'ਚ ਉਹਨੇ ਨੰਬਰ ਸਾਡੇ ਸਾਰੇ ਬਲੌਕ ਕਰਤੇ। ਪਹਿਲਾਂ ਕਦੀ ਲੜਾਈ ਨਹੀਂ ਹੋਈ, ਕਦੀ ਕਿਸੇ ਗੱਲ ਨੂੰ ਲੈ ਕੇ ਅਗਲੇ? ਨਹੀਂ ਜੀ, ਕਦੀ ਵੀ ਨਹੀਂ। ਜੋ ਵਿਆਹ ਮੈਰਿਜ ਤੋਂ ਲੈ ਕੇ ਜੋ ਗੱਲਬਾਤ ਕੀਤੀ, ਇੱਕ ਦਿਨ ਨਹੀਂ ਲੜਾਈ ਵਾਲੀ ਗੱਲ ਕੋਈ ਵੀ ਹੋਈ। ਇੱਥੇ ਸਹੁਰਾ ਪਰਿਵਾਰ ਤਾਂ ਇੱਥੇ ਹੀ ਰਹਿੰਦਾ ਤੁਹਾਡੇ ਪਿੰਡ ਦੇ ਲਾਗੇ? ਹਾਂਜੀ, ਸਾਡੇ ਪਿੰਡ ਦੇ ਲਾਗੇ ਗੱਟਾ ਬਾਦਸ਼ਾਹ ਦੇ ਵਿੱਚ ਉਹ ਰਹਿੰਦੇ ਆ ਜੀ, ਪਰ ਹੁਣ ਉਹ ਉੱਥੋਂ ਜਾ ਚੁੱਕੇ, ਸਾਨੂੰ ਨਹੀਂ ਪਤਾ ਉਹ ਕਿੱਥੇ ਗਏ ਆ। ਉਹਨਾਂ ਨਾਲ ਫੋਨ 'ਤੇ ਸੰਪਰਕ ਹੁੰਦਾ? ਨਹੀਂ ਜੀ, ਕਦੇ ਅੱਜ ਤੱਕ ਨਹੀਂ ਹੋਇਆ। ਜੋ ਉਹਨੇ ਨੰਬਰ ਬਲੌਕ ਕੀਤੇ ਆ ਜੀ, ਨਾ ਉਹਨਾਂ ਹੀ ਸਾਡੇ ਉਹਨਾਂ ਹੀ ਸਾਡੇ ਨਾਲ ਗੱਲ ਕੀਤੀ ਕੋਈ ਵੀ, ਅਤੇ ਉਹ ਹੁਣ ਉੱਥੋਂ ਗਏ ਚਲੇ, ਹੁਣ ਸਾਨੂੰ ਨਹੀਂ ਪਤਾ ਜੀ ਕਿੱਥੇ ਗਏ। ਤੁਹਾਨੂੰ ਤਲਾਕ ਦੇ ਕਾਗਜ਼ ਭੇਜੇ ਹੋਏ ਨੇ, ਅਸੀਂ ਹੁਣੇ ਦੇਖੇ ਨੇ। ਹਾਂਜੀ ਹਾਂਜੀ, ਉਹਨਾਂ ਤਲਾਕ ਦੇ ਕਾਗਜ਼ ਪਿਛਲੀ ਅਗਸਤ ਦੇ ਵਿੱਚ ਉਹਨਾਂ ਤਲਾਕ ਦੇ ਕਾਗਜ਼ ਵੀ ਲਾ ਦਿੱਤੇ ਹੈ ਜੀ, ਅਤੇ ਬਿਆਨ ਉਹ ਇਹ ਦਿੰਦੇ ਆ ਜੀ ਅਸੀਂ ਕੁੜੀ ਵਸਾਉਣਾ ਚਾਹੁੰਦੇ ਹਾਂ, ਪਰ ਉਹ ਤਲਾਕ ਦੇ ਕਾਗਜ਼ ਲਾ ਦਿੱਤੇ ਜੀ। ਤੁਸੀਂ ਚਾਚਾ ਹੀ ਲੱਗਦੇ ਹੋ ਇਹਨਾਂ ਦਾ? ਹਾਂਜੀ, ਮੈਂ ਦਿਲਪ੍ਰੀਤ ਸਿੰਘ ਦਾ ਚਾਚਾ ਜੀ। ਤੁਸੀਂ ਸਿਆਣੇ ਹੋ, ਤੁਸੀਂ ਉਮਰ ਕੱਢਤੀ, ਇੱਕ ਬਹੁਤ ਤਰ੍ਹਾਂ ਦੇ ਲੋਕ ਤੁਸੀਂ ਦੇਖੇ ਹੋਣੇ ਨੇ। ਇੱਕੋ ਵਾਰ ਅਜਿਹੇ ਮਾਮਲਿਆਂ ਦਾ ਹੜ ਆ ਗਿਆ, ਅਨੇਕਾਂ ਮਾਮਲੇ ਸਾਹਮਣੇ ਆ ਰਹੇ ਨੇ। ਕੁੜੀਆਂ ਉੱਥੇ ਜਾ ਕੇ ਬਲੌਕ ਕਰ ਦਿੰਦੀਆਂ ਨੇ, ਲੱਖਾਂ ਰੁਪਏ ਪਰਿਵਾਰਾਂ ਵੱਲੋਂ ਲਗਾਏ ਜਾਂਦੇ ਨੇ ਇਸ ਉਮੀਦ ਦੇ ਨਾਲ ਕਿ ਇੱਕ ਚੰਗਾ, ਇੱਕ ਸੁਖੀ ਪਰਿਵਾਰ ਉੱਥੇ ਜਾ ਕੇ ਨੂੰਹ ਪੁੱਤ ਵਸਾ ਲੈਣਗੇ। ਅਜਿਹਾ ਕਿਉਂ ਹੋ ਰਿਹਾ? ਕੀ ਲੱਗਦਾ, ਕੀ ਮਾਨਸਿਕਤਾ ਕੀ ਆ ਰਹੀ ਹੈ? ਦੇਖੋ ਜੀ, ਗੱਲ ਇਹ ਆ ਜੀ, ਬੜਾ ਸੋਹਣਾ ਇਹਨਾਂ ਜੋ ਵੀ ਆਪਸ ਵਿੱਚ ਇਹਨਾਂ ਦਾ ਦੋਵਾਂ ਪਰਿਵਾਰਾਂ ਦੇ ਵਿੱਚ ਬਹੁਤ ਵਧੀਆ ਵਰਤਦੇ ਰਹੇ ਆ। ਮੁੰਡਾ, ਲੜਕੀ 6 ਮਹੀਨੇ ਇੱਥੇ ਰਹੀ ਹੈ ਜੀ, ਅਸੀਂ ਕੋਲ ਨਾਲ ਘਰ ਆ, ਅਸੀਂ ਇੱਕ ਦੂਜੇ ਨੂੰ ਦੇਖਦੇ, ਬਹੁਤ ਵਧੀਆ ਪਰਿਵਾਰ ਜ਼ਿੰਦਗੀ ਬਸਰ ਕਰ ਰਿਹਾ ਹੈ। 6 ਮਹੀਨੇ ਇੱਥੋਂ ਕੈਨੇਡਾ ਜਾ ਕੇ ਚੰਗੀ, ਅਚਾਨਕ ਪਤਾ ਨਹੀਂ ਲੱਗਾ ਵੀ ਕੀ ਉਹਨਾਂ ਦੇ ਲੜਕੀ ਦੇ ਫਾਦਰ ਮਦਰ ਨੇ ਕੀ ਕਿਹਾ ਕੀ ਨਹੀਂ, ਮਤਲਬ ਜਿੱਦਾਂ ਨੰਬਰ ਬਲੌਕ ਕਰਤੇ, ਗੱਲ ਕਰਨੀ ਛੱਡ ਦਿੱਤੀ, ਲਾਲਚ ਆ ਗਿਆ ਮਨ 'ਚ ਵੀ ਸ਼ਾਇਦ ਅਸੀਂ ਇੱਧਰੋਂ ਲੈ ਲਏ ਪੈਸੇ, ਲੜਕੀਆਂ ਫੀਸਾਂ ਤਰ ਗਈਆਂ ਸਾਰੀਆਂ। ਜਦੋਂ ਫੀਸਾਂ ਤਰੀਆਂ ਬਲੌਕ 'ਚ ਉਦੋਂ ਹੀ ਨੰਬਰ ਪਾਏ ਗਏ ਆ ਵੀ ਮਤਲਬ ਆਖਰੀ ਫੀਸ ਦਾ ਆਖਰੀ ਇੰਸਟਾਲਮੈਂਟ। ਹਾਂਜੀ ਹਾਂਜੀ, ਜਦੋਂ ਸਾਰਾ ਕੁਛ ਪ੍ਰਕਿਰਿਆ ਖਤਮ ਹੋ ਗਈ ਫੀਸ ਵਾਲੀ ਜੋ ਵੀ ਕੁਛ, ਉਦੋਂ ਬਾਅਦ ਦੇ ਵਿੱਚ ਮਾਂ ਪਿਓ ਦੀ ਜਿੱਦਾਂ ਕਹਿ ਲਈਏ ਸਹਿਮਤੀ ਨਾਲ ਅਸੀਂ ਤਾਂ ਇਹ ਸਮਝਦੇ ਹਾਂ ਵੀ ਇਹ ਕੁਛ ਹੋਇਆ, ਜੋ ਵੀ ਕੁਛ ਹੋਇਆ। ਇਹ ਧੰਦਾ ਬਣਾ ਲਿਆ ਤੁਹਾਨੂੰ ਲੱਗਦਾ? ਪੰਜਾਬ 'ਚ ਬਹੁਤ ਸਾਰੇ ਪਰਿਵਾਰ ਰੋ ਰਹੇ ਨੇ, ਬਹੁਤ ਸਾਰੇ ਪਰਿਵਾਰ ਗੁਹਾਰ ਲਗਾ ਰਹੇ ਨੇ ਕਿ ਸਾਡੇ ਨਾਲ ਧੱਕਾ ਹੋਇਆ, ਸਾਡੇ ਲੱਖਾਂ ਰੁਪਏ ਠੱਗੇ ਗਏ ਨੇ ਅਤੇ ਕੁੜੀ ਨੇ ਮੁੰਡੇ ਨੂੰ ਬੁਲਾਇਆ ਵੀ ਨਹੀਂ ਵਿਦੇਸ਼।
ਬਿਲਕੁਲ ਜੀ, ਇਹ ਧੰਦਾ ਬਣ ਚੁੱਕਾ ਵੇਖੋ ਧੀਆਂ ਸਾਰਿਆਂ ਦੀਆਂ ਨੇ, ਪਰ ਇਹ ਬਹੁਤ ਮਾੜੀ ਗੱਲ ਅਤੇ ਸ਼ਰਮ ਵਾਲੀ ਗੱਲ ਆ ਵੀ ਜਦੋਂ ਧੀਆਂ ਦੇ ਮਾਪੇ ਇਹ ਕੁਛ ਕਰਨ ਲੱਗ ਪਏ ਜਾਂ ਧੀਆਂ ਇਹ ਕਰਨ ਲੱਗ ਪਏ, ਮਗਰ ਫਿਰ ਕੀ ਰਹਿ ਜਾਂਦਾ ਜੀ? ਕੋਈ ਸਭ 'ਤੇ ਇਸ ਚੀਜ਼ ਦੀ ਉਂਗਲ ਚੁੱਕੀ ਜਾਂਦੀ, ਜੇ ਸਹੀ ਵੀ ਕੋਈ ਉਹ 'ਤੇ ਵੀ ਉਂਗਲ ਚੁੱਕੀ ਜਾਂਦੀ ਵੀ ਸ਼ਾਇਦ ਸਾਡੇ ਨਾਲ ਵੀ ਇਹ ਕੁਛ ਨਾ ਹੋਵੇ। ਪਰ ਇਹਨਾਂ ਨੇ ਬਹੁਤ ਜਿੱਦਾਂ ਕਹਿ ਲਈਏ ਜ਼ਮੀਨ ਆਪਦੀ ਕਿੱਲਾ ਕੁ ਵੇਚੀ, ਇੱਦਾਂ ਮਿਹਨਤ ਕਰਕੇ ਕੁਛ ਪੈਸੇ ਇਕੱਠੇ ਕਰਕੇ ਉੱਥੋਂ ਫੜ ਇੱਥੋਂ ਫੜ ਕਰਕੇ ਅਤੇ ਉਹ ਲੜਕੀ ਦੀਆਂ ਫੀਸਾਂ ਤਾਰੀਆਂ ਸਭ ਕੁਛ ਆਪਦੀਆਂ ਰੀਝਾਂ, ਇੱਕ ਹੀ ਲੜਕਾ ਅਤੇ ਰੀਝਾਂ ਲਾਈਆਂ, ਪਰ ਉਹ ਰੀਝਾਂ 'ਤੇ ਪਾਣੀ ਫਿਰ ਗਿਆ ਹੈ। ਪਹਿਲਾਂ ਇੱਕ ਸਮਾਂ ਹੁੰਦਾ ਸੀ, ਇੱਕ ਦੌਰ ਹੁੰਦਾ ਸੀ ਜਦੋਂ ਕੁੜੀ ਦੇ ਪਰਿਵਾਰ ਤੋਂ ਦਹੇਜ ਦੀ ਮੰਗ ਕੀਤੀ ਜਾਂਦੀ ਸੀ, ਲੱਖਾਂ ਰੁਪਏ ਮੰਗੇ ਜਾਂਦੇ ਸੀ ਅਤੇ ਬਾਅਦ ਦੇ ਵਿੱਚ ਵੀ ਕੁੜੀ ਨੂੰ ਤੰਗ ਕੀਤਾ ਜਾਂਦਾ ਸੀ ਕਿ ਹੋਰ ਦਹੇਜ ਲੈ ਕੇ ਆ। ਆਹ ਜਿਹੜਾ ਹੁਣ ਦਾ ਸਮਾਂ, ਹੁਣ ਦਾ ਦੌਰ ਹੈ, ਅਨੇਕਾਂ ਕਹਾਣੀਆਂ ਅਜਿਹੀਆਂ ਨੇ ਕਿ ਮੁੰਡੇ ਤੋਂ ਲੱਖਾਂ ਰੁਪਏ ਲੈ ਕੇ ਕੁੜੀ ਬਾਹਰ ਚਲੀ ਜਾਂਦੀ ਹੈ ਅਤੇ ਮੁੰਡੇ ਨੂੰ ਬੁਲਾਉਂਦੀ ਵੀ ਨਹੀਂ ਹੈ, ਪਰਿਵਾਰ ਨੂੰ ਬੁਲਾਉਂਦੀ ਵੀ ਨਹੀਂ ਹੈ, ਰਿਸ਼ਤਾ ਤੋੜ ਦਿੱਤਾ ਜਾਂਦਾ ਹੈ, ਜਿਵੇਂ ਹੁਣ ਡਿਵੋਰਸ ਦੇ ਕਾਗਜ਼ਾਤ ਭੇਜ ਦਿੱਤੇ ਗਏ ਨੇ। ਵੇਖੋ ਜੀ, ਗੱਲ ਇਸ ਚੀਜ਼ 'ਤੇ ਮਨ ਕਿਸੇ ਦੇ ਦਿਲ ਦਾ ਕੁਛ ਨਹੀਂ ਕੋਈ ਕਹਿ ਸਕਦਾ ਵੀ ਕਿਸੇ ਦੇ ਮਨ 'ਚ, ਦੁਨੀਆ ਵਧੀਆ ਤੋਂ ਵਧੀਆ ਵੀ ਬਹੁਤ ਵਧੀਆ ਰਿਸ਼ਤੇ ਵੀ ਨਿਭਦੇ ਨੇ, ਪਰ ਕਿਸੇ ਦੇ ਮਨ ਦੇ ਅੰਦਰ ਬੇਈਮਾਨੀ ਕੋਈ ਆ ਜਾਂਦੀ, ਉਸ ਗੱਲ ਦਾ ਆਪਾਂ ਕੀ ਕਹਿ ਸਕਦੇ ਹਾਂ? ਪਰ ਗੱਲਾਂ ਮਾੜੀਆਂ ਨੇ, ਜੋ ਵੀ ਕੁਛ ਹੋ ਰਿਹਾ ਅੱਜ ਕੱਲ੍ਹ ਮਹਿੰਗਾਈ ਦਾ ਦੌਰ ਆ ਜੀ। ਵੇਖੋ ਪੈਸਾ ਕਿਤਿਓਂ ਫੜਦਾ ਕਿਤਿਓਂ ਫੜ ਕੇ, ਦਿਲਪ੍ਰੀਤ ਦੇ ਫਾਦਰ ਮਦਰ ਨੇ ਵੀ ਇਹੋ ਚਾਅ ਪੂਰੇ ਕੀਤੇ ਵੀ ਤਾਂ ਬੱਚਾ ਸਾਡਾ ਜ਼ਿੰਦਗੀ ਜਿਹੜੀ ਸੋਹਣੀ ਬਸਰ ਕਰੇ, ਪਰ ਉਹ ਰੀਝਾਂ 'ਤੇ ਪਾਣੀ ਫਿਰ ਗਿਆ। ਉਹਨਾਂ ਦੇ ਮਾਂ ਪਿਓ ਨੇ ਜੋ ਵੀ ਕੁਛ ਆ, ਮਤਲਬ ਉਹ ਸਾਰੀ ਸਹਿਮਤੀ ਨਾਲ, ਮੈਂ ਇੱਕ ਦੋ ਵਾਰ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ, ਫਿਰੋਜ਼ਪੁਰ ਅਸੀਂ ਇਕੱਠੇ ਹੋਏ ਅਤੇ ਫਾਦਰ ਸਾਹਿਬ ਨੇ ਕਿਹਾ ਆ ਜਾਓ, ਕੋਈ ਨਹੀਂ ਕਰ ਲਿਆ। ਮੈਂ ਉਹਨਾਂ ਦੇ ਪਿੰਡ ਗਿਆ ਜੀ, ਮੈਂ ਜੀ ਇੱਦਾਂ ਨਾ ਕਰੀਏ, ਦੋ ਪਰਿਵਾਰ ਇਹ ਸੋਹਣੇ ਤਰੀਕੇ ਨਾਲ ਤੁਸੀਂ ਆਪਾਂ ਵਿਆਹ ਕੀਤਾ ਸਭ ਕੁਛ, ਪਰ ਉਹਨੇ ਸਾਨੂੰ ਵੀ ਜਿੱਦਾਂ ਜਲੀਲ ਕਰਕੇ ਮੋੜਿਆ ਅਤੇ ਬੇਈਮਾਨੀ, ਬਿਲਕੁਲ ਮਾਂ ਪਿਓ ਦੀ ਬੇਈਮਾਨੀ, ਧੀ ਦੇ ਨਾਲ ਰਲੇ ਹੋਏ ਆ। ਧੀ ਵੀ ਬੇਈਮਾਨ ਹੈ। ਵੇਖੋ ਜੀ, ਜੇ ਧੀ ਸਹਿਮਤ ਹੋਵੇ ਤਾਂ ਫਿਰ ਮੁੰਡੇ ਨਾਲ ਗੱਲ ਕਰੇ ਜੀ, ਇਸ ਤੋਂ ਤਾਂ ਇਹੋ ਹੀ ਹੈ ਵੀ ਜੋ ਕੁਛ ਮਾਂ ਪਿਓ ਕਹਿੰਦਾ ਬੇਈਮਾਨੀ ਲਾਲਚ ਆ ਗਿਆ ਵੀ ਸਾਡੀ ਧੀ ਦੇ ਪੈਸੇ ਲੱਗ ਗਏ, ਫੋਨ ਵੇਖੋ ਉਸ ਦਿਨ ਹੀ ਕੱਟਿਆ ਗਿਆ, ਬਲੌਕ 'ਚ ਉਦੋਂ ਹੀ ਕੀਤਾ ਗਿਆ। ਨਹੀਂ, ਤੁਹਾਨੂੰ ਕੀ ਲੱਗ ਰਿਹਾ ਕਿ ਉਹ ਮਾਂ ਪਿਓ ਦੇ ਕਹਿਣ 'ਤੇ ਇੱਦਾਂ ਕਰ ਰਹੀ ਕਿ ਉਹਦੇ ਆਪਣੇ ਮਨ 'ਚ ਵੀ ਚੋਰ ਹੈ? ਵੇਖੋ ਜੀ, ਮਾਂ ਪਿਓ ਜੇ ਚਾਹੁੰਦਾ ਤਾਂ ਉਹ ਤਾਂ ਅੱਜ ਤੱਕ ਆਪਦੇ ਜਵਾਈ ਨਾਲ ਵਰਤਦਾ ਜਾਂ ਉਹਦੇ, ਉਹ ਇਸ ਚੀਜ਼ ਨੂੰ ਇਹ ਸਾਬਤ ਕਰਦੇ ਆ ਵੀ ਜਦੋਂ ਲੜਕੀ ਨੇ ਫੀਸ ਤਰ ਗਈ, ਬਲੌਕ 'ਚ ਨੰਬਰ ਪਾ ਦਿੱਤੇ ਅਤੇ ਮਾਂ ਪਿਓ ਨੇ ਵੀ ਰਾਬਤਾ ਉਦੋਂ ਤੋੜ ਲਿਆ, ਇਸ ਚੀਜ਼ ਦਾ ਆਪਣਾ ਮਤਲਬ ਪੂਰਾ ਇਸ ਤੋਂ ਇਹ ਸਿੱਧ ਹੁੰਦਾ ਵੀ ਮਾਂ ਪਿਓ ਦੀ ਮਿਲੀ ਭੁਗਤ ਆ। ਪਰਿਵਾਰ ਆਪ ਛੱਡ ਕੇ ਆਇਆ ਸੀ ਏਅਰਪੋਰਟ ਕੁੜੀ ਨੂੰ? ਹਾਂਜੀ, ਮਤਲਬ ਦਿੱਲੀ ਤੱਕ ਲੜਕਾ ਨਾਲ ਗਿਆ, ਸਹੁਰਾ ਸਾਹਿਬ ਗਏ, ਉਸ ਇਹਨੇ ਫਾਦਰ ਦਾ ਵੀਜ਼ਾ ਲੱਗਾ ਹੋਇਆ ਜੀ ਦਿਲਪ੍ਰੀਤ ਦਾ, ਕਿਉਂ ਸਿਸਟਰ ਦੀ ਪਹਿਲਾਂ ਉੱਥੇ ਕਨੇਡਾ 'ਚ ਆਈ, ਸਹੁਰਾ ਸਾਹਿਬ ਲੜਕੀ ਦੇ ਇਹਦੇ ਦਿਲਪ੍ਰੀਤ ਦੇ ਡੈਡੀ ਕਨੇਡਾ ਇਸ ਤਰੀਕੇ ਨਾਲ ਚਾਅ ਦੇ ਨਾਲ ਛੱਡਣ ਗਏ ਜਿਵੇਂ ਕੋਈ ਇੱਥੇ ਲਾਗੇ ਮੋਗੇ ਜਾਣਾ ਹੋਵੇ, ਫਿਰ ਉੱਥੇ ਦੋ ਤਿੰਨ ਮਹੀਨੇ ਦਿਲਪ੍ਰੀਤ ਦਾ ਫਾਦਰ ਉੱਥੇ ਰਹਿ ਕੇ ਵੀ ਆਇਆ, ਉਸ ਤੋਂ ਬਾਅਦ ਤਿੰਨ ਮਹੀਨੇ ਬਾਅਦ ਪਤਾ ਨਹੀਂ ਕੀ ਮਨ 'ਚ ਆਉਂਦਾ ਬਲੌਕ 'ਚ ਪਾਇਆ ਜਾਂਦਾ ਅਤੇ ਰਿਸ਼ਤਾ ਨਾਤਾ ਤੋੜਿਆ ਜਾਂਦਾ। ਤੁਸੀਂ ਜਾ ਕੇ ਕੈਨੇਡਾ ਜਾ ਕੇ ਛੱਡ ਕੇ ਆਏ ਸੀ ਨੂੰ? ਬਿਲਕੁਲ ਜੀ, ਕੈਨੇਡਾ ਛੱਡ ਕੇ। ਇੰਨਾ ਚਾਹ ਸੀਗਾ ਕਿ ਨੂੰ ਕੈਨੇਡਾ ਦੇ ਲਈ? ਉੱਥੇ ਜਾ ਕੇ ਕੀ ਹੋਇਆ ਸੀ ਫਿਰ? ਕੁਛ ਨਹੀਂ ਜੀ, ਵਧੀਆ ਰਹੇ ਜੀ ਅਸੀਂ, ਬਹੁਤ ਵਧੀਆ ਤਰੀਕੇ ਨਾਲ ਰਹੇ ਤਿੰਨ ਮਹੀਨੇ ਅਸੀਂ, ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ। ਗੱਲ ਨਹੀਂ ਹੋਈ ਤੁਹਾਡੀ ਉਸ ਤੋਂ ਬਾਅਦ? ਕੀ ਆਇਆ ਤੁਹਾਡੇ ਮਨ ਦੇ ਵਿੱਚ ਉਦੋਂ ਜਦੋਂ ਧੋਖਾ ਹੋਇਆ, ਪਤਾ ਲੱਗਿਆ ਪਰਿਵਾਰ ਦੇ ਨਾਲ ਧੋਖਾ ਹੋ ਗਿਆ? ਬਸ ਬੇਈਮਾਨਾਂ ਦਾ ਪਤਾ ਨਹੀਂ ਲੱਗਦਾ ਜੀ, ਕਿਸ ਤਰ੍ਹਾਂ ਬੇਈਮਾਨੀ ਕਰ ਲੈਂਦੇ ਜੀ, ਕੋਈ ਸਮਝੋਂ ਬਾਹਰ ਹੈ ਜੀ। ਬਾਪੂ ਜੀ, 32-33 ਲੱਖ ਕਮਾਉਣਾ ਕਿੰਨਾ ਔਖਾ ਹੈ? ਬਹੁਤ ਮਿਹਨਤ ਕੀਤੀ ਜੀ ਅਸੀਂ, ਪਹਿਲੀ ਠੇਕੇ ਲੈ ਕੇ ਕੁਛ 1.25 ਕਿੱਲਾ ਜ਼ਮੀਨ ਵੇਚੀ ਜੀ, ਅਤੇ ਬਾਕੀ ਅਸੀਂ 20 ਕਿੱਲੇ ਜ਼ਮੀਨ ਮੈਂ ਠੇਕੇ 'ਤੇ ਲੈ ਕੇ ਵੇਚਦਾ ਰਿਹਾ ਜੀ। ਇੱਕ ਮੇਰੀ ਡੇਅਰੀ ਸੀ ਜੀ, 15-16 ਮੱਝਾਂ ਸੀ, ਜਿਹਦੇ ਵਿੱਚ ਕੁਛ ਮੱਝਾਂ ਵੇਚੀਆਂ ਜੀ, ਬਹੁਤ ਵਧੀਆ ਸੀ ਜੀ, ਬਸ ਠੱਗਾਂ ਦਾ ਕੋਈ ਪਤਾ ਨਹੀਂ ਲੱਗਦਾ, ਸਮਝੋ ਕੰਮ ਬਾਹਰ ਹੋ ਗਿਆ। ਤੁਹਾਨੂੰ ਇੱਦਾਂ ਕਦੀ ਲੱਗਿਆ ਕਿ ਦਿਲਪ੍ਰੀਤ ਦੀ ਅਤੇ ਤੁਹਾਡੇ ਨੂੰਹ ਦੇ ਵਿੱਚ ਕੁਛ ਠੀਕ ਨਹੀਂ ਚੱਲ ਰਿਹਾ? ਨਹੀਂ ਜੀ, ਬਿਲਕੁਲ ਵਧੀਆ ਚੱਲਦਾ ਹੈ, ਜੋ ਕਰਾਇਆ ਜੀ ਲੜਕੀ ਦੀ ਮਾਂ ਨੇ ਕਰਾਇਆ ਜੀ, ਲੜਕੀ ਦੀ ਮਾਂ 'ਚ ਬੇਈਮਾਨੀ ਜ਼ਿਆਦਾ ਆ ਗਈ, ਫਿਰ ਨਾਲ ਹੀ ਬਲਵੀਰ ਸਿੰਘ ਦੇ ਆ ਗਈ, ਸਾਰਿਆਂ ਦੇ ਵਿੱਚ ਹੀ ਬੇਈਮਾਨੀ ਆ ਗਈ ਇੱਕ ਦਮੇ ਜੀ। ਤੁਸੀਂ ਹੱਥ ਜੋੜ ਕੇ ਵੀ ਉਹਨਾਂ ਨੂੰ ਅਪੀਲ ਕੀਤੀ ਸੀ? ਬਿਲਕੁਲ ਜੀ, 2 ਵਾਰ ਗਏ ਜੀ ਉਹਨਾਂ ਪਿੰਡ 'ਚ ਘਰ ਗਏ ਜੀ, ਉੱਥੇ ਚੁੱਪ ਕਰ ਜਾਂਦੇ ਜੀ, ਬਾਅਦ ਦੇ ਵਿੱਚ ਫਿਰ ਉਹ ਖੁਸ਼ੀ ਜੀ ਬੇਈਮਾਨ, ਕੋਈ ਗੱਲ ਨਹੀਂ, ਅੱਜ ਅਸੀਂ ਕਿਹਾ ਵੀ ਸਾਨੂੰ 10 ਦਿਨ ਦਾ ਟਾਈਮ ਦੇ ਦਿਓ, ਕਹਿੰਦੇ ਵੀ ਸਾਨੂੰ 10 ਦਿਨ ਦਾ ਟਾਈਮ ਦੇ ਦਿਓ, ਅਸੀਂ ਲੜਕੀ ਨੂੰ ਸਮਝਾ ਦੇਣੇ ਲੈਂਦੇ ਹਾਂ, ਬਸ ਕੋਈ ਸਮਝਾਇਆ ਨਹੀਂ। 10 ਦਿਨਾਂ ਬਾਅਦ ਅਸੀਂ ਫਿਰ ਗਏ ਜੀ, ਅਤੇ ਸਾਨੂੰ ਕਹਿੰਦੇ ਵੀ ਨਹੀਂ ਜੀ, ਅਸੀਂ ਨਹੀਂ ਤੁਹਾਡੇ ਨਾਲ ਕੋਈ ਨਾਤਾ ਵੇਤਾ ਰੱਖਣਾ, ਤੁਸੀਂ ਆਪਦੇ ਘਰ ਜਿੱਥੇ ਤੁਹਾਡਾ ਜ਼ੋਰ ਲੱਗਦਾ ਆਪਦਾ ਲਾਓ, ਨਾ ਸਾਡੀ ਕੁੜੀ ਤੁਹਾਡੇ ਘਰ ਅੱਜ ਆਵੇ ਨਾ ਕੱਲ੍ਹ ਆਵੇ ਜੀ, ਅਸੀਂ ਇੰਨਾ ਕਹਿ ਕੇ ਫਿਰ ਅਸੀਂ ਚੁੱਪ ਕਰਕੇ ਆ ਗਏ ਜੀ। ਤੁਹਾਡੀ ਕੀ ਮੰਗ ਹੈ? ਤੁਹਾਨੂੰ ਪੈਸੇ ਵਾਪਸ ਚਾਹੀਦੇ ਨੇ ਕਿ ਨੂੰਹ ਵਾਪਸ ਆ? ਨੂੰਹ ਵਾਪਸ ਚਾਹੀਦੀ ਜੀ ਸਾਨੂੰ, ਹਾਂਜੀ।
ਪਰ ਜੇ ਆਉਣਾ ਹੀ ਨਹੀਂ ਚਾਹੁੰਦੀ, ਜੇ ਵਸਣਾ ਹੀ ਨਹੀਂ ਚਾਹੁੰਦੀ। ਨਹੀਂ ਜੀ, ਉੱਥੋਂ ਭਾਵੇਂ ਡਿਪੋਰਟ ਹੋਵੇ, ਕੁਛ ਹੋਵੇ ਜੀ, ਅਸੀਂ ਆਉਣੇ ਵੀ ਬਸ ਆਉਣਾ ਚਾਹੀਦਾ ਜੀ, ਕਿਸੇ ਵੀ ਤਰੀਕੇ। ਸਾਨੂੰ ਪੈਸਿਆਂ ਦੀ ਨਹੀਂ ਜੀ, ਫਿਰ ਜੋ ਮੈਂ ਸਾਡੇ ਅਸੀਂ ਰੁਲਦੇ ਫਿਰਦੇ ਆਪੇ, ਫਿਰ ਉਹ ਵੀ ਰੁਲੂ ਜੀ, ਫਿਰ ਇਹੋ ਹੀ ਬੇਨਤੀ ਕਰਾਂਗੇ। ਅਨੇਕਾਂ ਕੁੜੀਆਂ ਠੱਗੀ ਮਾਰ ਕੇ ਪਰਿਵਾਰਾਂ ਨੂੰ ਉਜਾੜ ਕੇ ਉੱਥੇ ਬੈਠੀਆਂ ਹੋਈਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇੰਨੀ ਈਜ਼ੀਲੀ ਇੰਨੇ ਸੌਖੇ ਤਰੀਕੇ ਨਾਲ ਡਿਪੋਰਟ ਨਹੀਂ ਹੋ ਸਕਦੇ। ਤਾਂ ਤੁਸੀਂ ਕਹਿ ਵੀ ਦਿੱਤਾ ਕਿ ਸਾਡੀ ਮੰਗ ਹੈ ਕੁੜੀ ਨੂੰ ਡਿਪੋਰਟ ਕਰੋ, ਤਾਂ ਸਰਕਾਰ ਇਸ ਤਰ੍ਹਾਂ ਡਿਪੋਰਟ ਨਹੀਂ ਕਰੇਗੀ। ਤੁਹਾਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਜਿਹੜੀ ਖੁੱਲ੍ਹ ਕੁੜੀਆਂ ਦੇ ਲਈ ਜਿਹੜੇ ਕਾਨੂੰਨ ਬਣੇ ਹੋਏ ਨੇ ਉਹ ਗਲਤ ਨੇ? ਉਹ ਕਿਹੜੇ ਕਾਨੂੰਨ ਬਣੇ, ਉਹ ਕੁੜੀਆਂ ਆਪਦੇ ਲਈ ਗਲਤ ਵਰਤ ਰਹੀਆਂ ਨੇ, ਅਤੇ ਸਰਕਾਰ ਨੂੰ, ਕੈਨੇਡਾ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਇੰਡੀਆ ਗੌਰਮੈਂਟ ਨੂੰ ਇਹੋ ਕਦਮ ਚੁੱਕਣਾ ਚਾਹੀਦਾ ਕਿ ਕੁੜੀਆਂ ਡਿਪੋਰਟ ਕੀਤੀਆਂ ਜਾਣ, ਕਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਜਾਂ ਜਾਣ ਵਾਲੀਆਂ ਕੁੜੀਆਂ, ਉਹਨਾਂ ਨੂੰ ਇਹ ਕਿ ਇੱਕ ਮਨ 'ਚ ਡਰ ਹੋਵੇ ਜੇ ਅਸੀਂ ਗਲਤ ਕਦਮ ਚੁੱਕਾਂਗੇ ਤਾਂ ਅਸੀਂ ਇੱਥੋਂ ਡਿਪੋਰਟ ਹੋ ਜਾਵਾਂਗੇ। ਦਿਲਪ੍ਰੀਤ, ਕਦੇ ਸੋਚਿਆ ਸੀਗਾ ਕਿ ਜਿੰਨੇ ਚਾਵਾਂ ਨਾਲ ਵਿਆਹ ਕੇ ਲੈ ਕੇ ਆ ਰਹੇ ਹੋ ਕੁੜੀ ਨੂੰ ਘਰੇ, ਤੁਹਾਡੀ ਚੈਟ ਦੇ ਤੁਸੀਂ ਸਕਰੀਨਸ਼ੋਟ ਹੁਣੇ ਸਾਨੂੰ ਦਿਖਾਏ ਨੇ, ਉਹ ਦੇਖ ਕੇ ਇੱਦਾਂ ਨਹੀਂ ਲੱਗ ਰਿਹਾ ਕਿ ਕਦੇ ਕੁੜੀ ਦੇ ਮਨ 'ਚ ਇਹ ਵੀ ਆ ਜਾਏਗਾ, ਕਦੇ ਕੁੜੀ ਦੇ ਮਨ 'ਚ ਇਹ ਵੀ ਆਏਗਾ ਕਿ ਮੈਂ ਦਿਲਪ੍ਰੀਤ ਨੂੰ ਬਲੌਕ ਕਰ ਦੇਣਾ? ਨਹੀਂ ਜੀ, ਇੰਨੀ ਵਧੀਆ ਜ਼ਿੰਦਗੀ ਚੱਲਦੀ ਸੀ, ਅਸੀਂ ਤਾਂ ਕਦੀ ਸੋਚਿਆ ਵੀ ਨਹੀਂ ਸੀ। ਉਹ ਤਾਂ ਮੰਮੀ ਪਾਪਾ ਮੇਰੇ ਤੋਂ ਜ਼ਿਆਦਾ ਮੰਮੀ ਡੈਡੀ ਨਾਲ ਬਹੁਤ ਵਧੀਆ ਗੱਲ ਕਰਨੀ, ਜੇ ਕੋਈ ਵੀ ਘਰੇ ਨਾ ਹੋਣਾ ਆਖਣਾ ਕਿੱਥੇ ਗਿਆ, ਉਹਨੂੰ ਸਪੈਸ਼ਲ ਫੋਨ ਹੀ ਲਾਉਣਾ ਅਤੇ ਤੁਸੀਂ ਕਦੋਂ ਆਓਗੇ ਘਰੇ, ਕੋਈ ਇਹੋ ਜਿਹੀ ਗੱਲ ਨਹੀਂ। ਇਹ ਮੇਰੀ ਸੱਸ ਕਸ਼ਮੀਰ ਕੌਰ ਨੇ ਜੀ, ਉਹਨੇ ਹੀ ਸਾਰਾ ਕੁਛ ਕੀਤਾ ਜੀ, ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਦੇ। ਬਿਲਕੁਲ ਜੀ, ਵੇਖੋ ਜਿਹੜਾ ਇੱਕ ਪਰਿਵਾਰ ਜ਼ਿੰਦਗੀ ਬਸਰ ਕਰ ਰਿਹਾ, ਜਦੋਂ ਅਚਾਨਕ ਇੱਦਾਂ ਦਾ ਮਤਲਬ ਕੋਈ ਹੁੰਦਾ ਹੈ, ਉਦੋਂ ਵੇਖੋ ਜੀ ਇਹ ਤਾਂ ਸੁਭਾਵਿਕ ਹੀ ਹੈ ਵੀ ਉਦੋਂ ਮਨ ਦੇ ਵਿੱਚ ਇਹ ਚੀਜ਼ ਆ ਜਾਂਦੀ ਵੀ ਮੇਰੇ ਨਾਲ ਬਣਿਆ ਕੀ, ਜੇ ਅਸੀਂ ਕਿਸ ਮਿਹਨਤ ਦੇ ਨਾਲ ਕਿਸ ਤਰੀਕੇ ਨਾਲ ਅਸੀਂ ਪੈਸਾ ਇਕੱਠਾ ਕਰੇ, ਚਾਵਾਂ ਰੀਝਾਂ ਨਾਲ ਵਿਆਹ ਕੀਤਾ ਅਤੇ ਉਹਨੂੰ ਭੇਜਿਆ, ਅਤੇ ਮਨ ਦੇ ਵਿੱਚ ਤਾਂ ਸੁਭਾਵਿਕ ਹੀ ਹੈ ਜੀ ਜਿਹਦੇ ਕਹਿ ਲਈ ਡਿਪਰੈਸ਼ਨ 'ਚ ਜਾਣਾ। ਬਿਲਕੁਲ ਜੀ ਬਿਲਕੁਲ। ਕਿੰਨੇ ਸਮੇਂ ਤੋਂ ਡਿਪਰੈਸ਼ਨ 'ਚ? 2 ਕੁ ਮਹੀਨੇ ਮੈਂ ਕੁਛ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਰਾਂ ਅਤੇ ਕਰਾਂ, ਕੀ ਕਹਿਣ ਨੂੰ ਜਾਵਾਂ, ਕੁਛ ਕਰਾਂ। ਅਸੀਂ ਮਿਹਨਤਾਂ ਵੀ ਕੀਤੀਆਂ ਉੱਥੇ ਜਾ ਕੇ ਕਿ ਤੁਸੀਂ ਇੰਝ ਨਾ ਕਰੋ, ਉਹਨਾਂ ਅੱਗੋਂ ਜਵਾਬ ਵੀ ਦਿੱਤੇ, ਕਹਿੰਦੇ ਜਾਓ ਕੁਛ ਕਰ ਲਓ, ਸਾਡੀ ਕੁੜੀ ਪੱਕੇ ਭਾਂਡੇ ਪੈ ਗਈ, ਇਹ ਨਹੀਂ ਸਾਨੂੰ ਸਮਝ ਆਈ ਕਿਹੜੇ ਪੱਕੇ ਭਾਂਡੇ ਪੈ ਗਈ ਹੈ, ਤੁਸੀਂ ਜੋ ਲੱਗਦਾ ਡਿਪੋਰਟ ਹੁੰਦੀ ਡਿਪੋਰਟ ਕਰਾ ਲਓ, ਕੁਛ ਹੁੰਦਾ ਕੁਛ ਕਰਾ ਲਓ, ਸਾਡੀ ਤਾਂ ਇਹੋ ਮੰਗ ਹੈ ਜੀ ਕੁੜੀ ਡਿਪੋਰਟ ਹੋਣੀ ਚਾਹੀਦੀ। ਅਸੀਂ ਸੋਚਿਆ ਇਸ ਫੈਮਿਲੀ, ਚਲੋ ਮੰਮੀ ਪਾਪਾ ਦਾ ਤਾਂ ਪਹਿਲਾਂ ਹੀ ਉੱਧਰ, ਸਿਸਟਰ ਵੀ ਉੱਧਰ, ਆਪਦੀ ਵਧੀਆ ਜ਼ਿੰਦਗੀ ਬਤੀਤ ਕਰਾਂਗੀ, ਕੋਈ ਸਾਨੂੰ ਇਹ ਨਹੀਂ ਸੀ ਲਾਲਚ ਕਿ ਮੈਂ ਚੱਲ ਜੂੰ ਜਾਂ ਮੇਰੇ ਪਿੱਛੋਂ ਮਾਂ ਪਿਓ ਨੂੰ ਸੱਦਣਾ ਪਊਗਾ। ਸੁਪਨੇ ਤਾਂ ਬਹੁਤ ਲੰਮੇ ਸੀ ਪਰ ਉਹਨੇ ਸਾਰਾ ਪਾਣੀ ਫੇਰ ਪਏ। ਜਿਨ੍ਹਾਂ ਨੇ ਤੁਹਾਡਾ ਰਿਸ਼ਤਾ ਕਰਾਇਆ ਸੀ ਉਹ ਵੀ ਸਾਡੇ ਨਾਲ ਮੌਜੂਦ ਨੇ, ਤੁਹਾਡਾ ਵਿਚੋਲਾ ਇੱਥੇ ਬੈਠਾ ਹੋਇਆ। ਸਿੰਘ ਸਾਹਿਬ, ਤੁਹਾਨੂੰ ਪਤਾ ਸੀਗਾ ਪਰਿਵਾਰ ਦੀ ਨੀਅਤ ਦਾ? ਨਹੀਂ ਜੀ, ਨੀਅਤ ਦਾ ਪਤਾ ਹੁੰਦਾ ਤਾਂ ਫਿਰ ਅਸੀਂ ਰਿਸ਼ਤੇ ਦੇ ਵਿੱਚ ਵੜਦੇ। ਸਾਡੇ ਵੱਲ ਦਾ ਅਸੀਂ ਤਾਂ ਚੰਗਾ ਪਰਿਵਾਰ ਸੀ, ਗੁਆਂਢ ਹੈਗਾ ਸੀ, ਭਤੀਜਾ ਹੀ ਲੱਗਦਾ ਸ਼ਰੀਕੇ 'ਚੋਂ ਜਿਹਦੀ ਲੜਕੀ ਸੀ। ਅੱਛਾ ਜੀ। ਅਤੇ ਇੱਧਰ ਵੀ ਰਿਸ਼ਤੇਦਾਰ, ਇਹ ਵੀ ਮੇਰਾ ਮਾਮੇ ਦਾ ਪੋਤਰਾ ਸੀ, ਅਤੇ ਅਸੀਂ ਤਾਂ ਰਿਸ਼ਤੇਦਾਰ ਜੀ ਕਰਾਤਾ ਵੀ ਚਲੋ ਖਰਚਾ ਇਹ ਲਾ ਦੇਣਗੇ, ਅਤੇ ਉਹ ਵੀ ਘਰ ਗਰੀਬ ਹੈ ਅਤੇ ਚੱਲ ਕੁੜੀ ਉਹਨਾਂ ਦੀ, ਕੁੜੀ ਵਾਲਿਆਂ ਨੂੰ ਤਾਂ ਅਹਿਸਾਨਮੰਦ ਰਹਿਣਾ ਚਾਹੀਦਾ ਸੀ ਕਿ ਮੁੰਡੇ ਵਾਲਿਆਂ ਨੇ ਤੇਲਾ ਨਹੀਂ ਲਵਾਇਆ ਉਹਨਾਂ ਦਾ ਜੀ। ਸਾਡੇ ਨਾਲ ਵੀ ਉਦੋਂ ਨਾਲ ਜਦੋਂ ਜਿੱਦਣ ਤਾਂ ਇੱਧਰ ਕੀਤਾ, ਸਾਡੇ ਨਾਲ ਤਾਂ ਦੁਸ਼ਮਣੀ ਆ, ਸਾਡੇ ਤਾਂ ਪਰਚੇ ਕਰਾਉਂਦੇ ਫਿਰਦੇ। ਅੱਛਾ। ਸਾਡੇ ਵੀ ਇਹ ਵਿਚੋਲੇ ਨੇ ਇਹ ਕੰਮ, ਵਿਚੋਲਾ ਪਿਛਾੜ ਜੇ, ਵਿਚੋਲੇ ਨੂੰ ਕਿਸ ਤਰ੍ਹਾਂ ਫਸਾਈਏ। ਤੁਹਾਡੀਆਂ ਅੱਖਾਂ 'ਚ ਹੰਝੂ ਕਿਉਂ? ਹੰਝੂ ਤਾਂ ਦੁੱਖ ਆਉਂਦਾ, ਇੱਕ ਮੁੰਡੇ ਦੀ ਜ਼ਿੰਦਗੀ ਖਰਾਬ। ਚਲੋ ਅਸੀਂ ਤਾਂ ਪਛਤਾਉਣੇ ਵੀ ਜੇ ਨਾ ਹਿਸਾ ਕਰਾਉਂਦੇ, ਖਰੇ ਇਸ ਗੱਲ 'ਚ ਰਿਸ਼ਤੇਦਾਰੀ ਦਾ ਘਿਰਾ ਸਾਡੇ ਪੈਂਦਾ। ਪਰ ਚਲੋ ਤੁਹਾਡੀ ਕੋਈ ਗਲਤੀ ਨਹੀਂ ਹੈ ਸਿੰਘ ਸਾਹਿਬ, ਉਹਦੇ ਮਨ 'ਚ ਤਾਂ ਨਹੀਂ ਆਇਆ, ਪਰ ਦਿਲ 'ਚ ਤਾਂ ਦੁੱਖ ਆਉਂਦਾ, ਕੀਤਾ ਚੰਗਾ ਹੋ ਗਿਆ ਮਾੜਾ ਕੀਤਾ। ਉਹਦੀ ਮਾਂ ਅਤੇ ਪਿਓ ਨੇ ਸਾਰਾ ਕੁਛ ਕੁੜੀ ਨੂੰ ਉਹਨਾਂ ਨੇ ਸਿਖਾਇਆ ਵੀ ਮੁੰਡਾ ਹੁਣ ਪੈਸੇ ਇੱਧਰ ਲੱਗ ਗਏ ਆ, ਕੁੜੀ ਆਪਣੀ ਉੱਥੇ ਚਲੀ ਗਈ ਹੈ, ਅਤੇ ਜੋ ਵੀ ਕਰੀਏ ਤਾਂ ਆਪਾਂ ਪੈਸੇ ਹੋਰ ਕਿਤੇ ਵਿਆਹ ਕੇ ਪੈਸੇ ਜ਼ਿਆਦਾ ਲੈ ਲਾਂਗੇ, ਫਿਰ ਕੰਮ ਇਸੇ ਠੱਗੀ ਵਾਲਾ ਬਣਾ ਲਿਆ, ਧੰਦਾ ਬਣਾ ਲਿਆ। ਜੋ ਕੁਛ ਮਾਂ ਪਿਓ ਹੈ, ਸਭ ਤੋਂ ਵੱਡੇ ਮੋਢੀ ਮਾਂ ਪਿਓ, ਇਹ ਵਿਆਹ ਵਿਆਹ ਨਾ ਰਹਿ ਕੇ ਹੁਣ ਸੌਦੇ ਬਣ ਗਏ, ਸੌਦੇ ਬਣ ਗਏ। ਕੀ ਸੇਧ ਮਿਲੇਗੀ ਸਾਡੀ ਨੌਜਵਾਨ ਪੀੜ੍ਹੀ ਨੂੰ, ਬੱਚਿਆਂ ਨੂੰ ਕੀ ਸੇਧ ਦੇ ਰਹੇ ਹਾਂ? ਸੇਧ ਕੀ, ਜਦੋਂ ਮਾਪੇ ਹੀ ਮਾੜੇ ਹੋ ਗਏ, ਸੇਧ ਕੀ ਦੇਣਗੇ? ਮਾਪਿਆਂ ਤੋਂ ਮਾਪਿਆਂ ਹੀ ਸਮਝਾਉਣਾ ਨਾ ਬੱਚਿਆਂ ਨੂੰ, ਇਹ ਮਾੜੀਆਂ ਨੀਤੀਆਂ ਨਾ ਕਰੋ। ਬੱਚੇ ਜੇ ਗਲਤੀ ਕਰਦਾ ਤਾਂ ਬੱਚੇ ਨੂੰ ਸਮਝਾਉਣ ਦਾ ਮਾਂ ਪਿਓ ਦਾ ਹੱਕ ਹੈ, ਅਤੇ ਜੇ ਮਾਂ ਪਿਓ ਹੀ ਬੇਈਮਾਨ ਹੋ ਜਾਵੇ ਵੀ ਮੈਂ ਇਹਨੂੰ ਪੈਸੇ ਲੈ ਲਾਂ ਗਾ ਵੇਚ ਲਾਂ ਕੁੜੀ, ਤਾਂ ਕੀ ਕਰੇ? ਕੁੜੀ ਦਾ ਪਰਿਵਾਰ ਜਿੱਥੇ ਪਹਿਲਾਂ ਰਹਿੰਦਾ ਸੀ ਉੱਥੇ ਹੁਣ ਨਹੀਂ ਹੈਗਾ, ਉਹ ਹੈ ਨਹੀਂ ਕਿ ਜ਼ਮੀਨ ਵੀ ਵੇਚ ਗਿਆ, ਘਰ ਵੀ ਵੇਚ ਗਿਆ। ਅੱਛਾ, ਕਿਤੇ ਹੋਰ ਚਲੇ ਗਏ ਨੇ? ਹੋਰ ਚਲੇ ਗਏ। ਨੰਬਰ ਉਹਨਾਂ ਨੇ ਬਦਲ ਲਏ? ਉਹ ਨੰਬਰ ਜਦੋਂ ਸਾਨੂੰ ਸੰਪਰਕ ਹੀ ਕਰਨਾ ਛੱਡਤਾ, ਸਾਨੂੰ ਨੰਬਰਾਂ ਦਾ ਕੀ ਪਤਾ ਲੱਗਾ? ਸਾਨੂੰ ਤਾਂ ਵੇਖ ਕੇ ਆਉਂਦੇ ਨੇ ਵੀ ਇਹ ਕਿੱਥੇ ਤੁਰੇ ਕਿਉਂ ਫਿਰਦੇ ਆ। ਸਾਡੇ ਨਾਲ ਤਾਂ ਬਹੁਤ ਜ਼ਿਆਦਾ ਉਦੋਂ ਦਾ ਪਿੱਛੋਂ ਇਹਨਾਂ ਨਾਲ ਬਲੌਕ ਕੀਤਾ ਨਾ ਸਾਰਾ, ਉਦੋਂ ਬਾਅਦ ਸਾਡੇ ਨਾਲ ਨਹੀਂ ਉਹਨਾਂ ਨੇ ਕੋਈ ਕਲਾਮ ਕੀਤਾ, ਸਾਡੇ ਤਾਂ ਪਰਚੇ ਕਰਾਉਣ 'ਤੇ ਜ਼ੋਰ ਲਾਇਆ, ਉਹ ਨਹੀਂ ਹੋਇਆ ਤਾਂ ਚਲੋ ਵੱਖਰੀ ਗੱਲ। ਵਿਚੋਲੇ ਦੀਆਂ ਅੱਖਾਂ ਦੇ ਹੰਝੂ ਦੱਸ ਰਹੇ ਨੇ।
ਵੇਖੋ ਜੀ, ਜਦੋਂ ਕੋਈ ਵੀ ਭੈਣ ਭਰਾ ਰਿਸ਼ਤਾ ਜੋੜਦਾ ਨਾ ਜੀ, ਉਹ ਚੰਗੇ ਨੂੰ ਜੋੜਦਾ ਹੈ ਵੀ ਮੈਨੂੰ ਸ਼ਾਬਾਸ਼ੇ ਮਿਲੇ। ਪਰ ਜਦੋਂ ਇੱਦਾਂ ਦਾ ਕੋਈ ਘਟਨਾ ਵਾਪਰਦੀ ਹੈ ਨਾ, ਅਤੇ ਵਿਚੋਲਾ ਜਿੱਦਾਂ ਕਹਿ ਲਈਏ ਵੀ ਉਸ ਚੀਜ਼ ਦਾ ਮਹਿਸੂਸ ਹੁੰਦਾ ਵੀ ਉਹ ਲੜਕੇ ਵਾਲੇ ਵੀ ਆਉਂਦੇ ਵੀ ਸਾਨੂੰ ਕਿਹੋ ਜਿਹਾ ਲੜਕੀ ਵਾਲਾ ਘਰ ਸਾਡਾ ਘਰ ਜਾੜ ਦਿੱਤਾ, ਅਤੇ ਵਿਚੋਲਾ ਜਿੱਦਾਂ ਕਹਿ ਲਈਏ ਵੀ ਦੋਵੇਂ ਬੰਨਿਓ ਹੀ ਉਹਨਾਂ ਦਾ ਮਾਰੀ ਠੱਗੀ, ਉਸ ਬੰਨਿਓ ਤਾਂ ਇੱਦਾਂ ਦੁਖੀ ਹੈ, ਅਤੇ ਇੱਧਰੋਂ ਜਿੱਦਾਂ ਰਿਸ਼ਤਾ ਕਰਿਆ ਇਹ ਵੀ ਮਨ ਭਰਦਾ ਹੈ ਵੀ ਮੈਂ ਉਹਨਾਂ ਵਿਚਾਰਿਆਂ ਨੇ ਮਿਹਨਤ ਦੇ ਨਾਲ ਪੈਸਾ ਇਕੱਠਾ ਕੀਤਾ ਅਤੇ ਮੈਨੂੰ ਮੈਂ ਇਹਨਾਂ ਬਰਬਾਦ ਕਰ ਦਿੱਤਾ ਲੜਕੀ ਵਾਲਿਆਂ। ਇਸ ਚੀਜ਼ ਦਾ ਦੁੱਖ ਤਾਂ ਕਿਤੇ ਨਾ ਕਿਤੇ ਘੁਣ ਵਾਂਗੂ ਖਾਂਦਾ ਹੈ। ਦਿਲਪ੍ਰੀਤ, ਤੁਸੀਂ ਕੀ ਚਾਹੁੰਦੇ ਹੋ, ਕੀ ਮੰਗ ਹੈ ਤੁਹਾਡੀ, ਤੁਹਾਨੂੰ ਪੈਸਾ ਵਾਪਸ ਚਾਹੀਦਾ ਜਾਂ ਤੁਹਾਨੂੰ ਤੁਹਾਡੀ ਘਰ ਵਾਲੀ ਵਾਪਸ ਚਾਹੀਦੀ? ਮੈਂ ਤਾਂ ਕਹਿੰਦਾ ਜੀ, ਪਹਿਲੇ ਨੰਬਰ 'ਤੇ ਸਾਨੂੰ ਮੈਨੂੰ ਘਰ ਵਾਲੀ ਚਾਹੀਦੀ ਹੈ। ਜੇ ਉਹ ਨਹੀਂ ਆਉਣਾ ਚਾਹੁੰਦੀ ਤਾਂ ਉਹਨੂੰ ਡਿਵੋਰਸ ਦਾ ਕੀਤਾ ਜਾਵੇ। ਕਿਵੇਂ ਸਰਕਾਰ ਉਧਰਲੀ ਨੂੰ ਮੇਰੀ ਬੇਨਤੀ ਹੈ, ਕਹਿਣਾ ਪੈਸੇ ਨਹੀਂ ਚਾਹੀਦੇ ਮੈਨੂੰ, ਪੈਸੇ ਦੀ ਕੋਈ ਲੋੜ ਨਹੀਂ ਹੈ। ਪਰ ਪੈਸੇ ਪਾਈ ਪਾਈ ਕਰਕੇ ਜੋੜੇ ਸੀ ਪਿਤਾ ਜੀ ਨੇ, ਡੰਗਰ ਵੀ ਵੇਚਤੇ, ਜ਼ਮੀਨ ਵੀ ਵੇਚਤੀ। ਉਹ ਤਾਂ ਹੈ ਨਾ, ਫਿਰ ਉਹਨੂੰ ਵੀ ਇਨਸਾਫ ਮਿਲਣਾ ਚਾਹੇ, ਇੱਥੇ ਆਣ ਕੇ ਪਤਾ ਲੱਗੇ, ਉੱਥੇ ਜੋ ਵੀ ਕੁਛ ਕਰਦੀ ਨੂੰ ਪਤਾ ਲੱਗੇ ਕਿ ਇੱਥੇ ਕਿਵੇਂ ਉਹਨੇ ਕੁਛ ਕੀਤਾ, ਜੋ ਸਾਰਾ ਕੁਛ ਕਿਵੇਂ ਹੋ ਰਿਹਾ ਇੱਥੇ, ਜਿਵੇਂ ਇੱਥੋਂ ਦੀ ਜ਼ਿੰਦਗੀ ਕੀ, ਉੱਥੇ ਕੈਨੇਡਾ ਜ਼ਿੰਦਗੀ ਬਹੁਤ ਹੋਰ ਆ, ਮੰਨਦੇ ਇਸ ਗੱਲ ਨੂੰ, ਪਰ ਕਿਹਨੂੰ ਧੋਖਾ ਦੇਣਾ ਸਭ ਤੋਂ ਵੱਡੀ ਗੱਲ ਹੈ ਜੀ। ਅਤੇ ਬਸ ਮੈਨੂੰ ਇਹੋ ਚਾਹੀਦਾ, ਡਿਪੋਰਟ ਹੋਣੀ ਚਾਹੀਦੀ ਉਹ ਕਿਸੇ ਤਰ੍ਹਾਂ ਵੀ ਮਰਜ਼ੀ। ਤਾਂ ਅਸੀਂ ਸਰਕਾਰਾਂ ਅੱਗੇ ਅਪੀਲ ਕਰਦੇ ਹਾਂ ਕਿ ਅਨੇਕਾਂ ਪਰਿਵਾਰ ਅੱਗੇ ਆ ਰਹੇ ਨੇ, ਅਣਗਿਣਤ ਪਰਿਵਾਰ ਨੇ, ਉਂਗਲਾਂ 'ਤੇ ਤੁਸੀਂ ਗਿਣ ਨਹੀਂ ਸਕਦੇ ਕਿ ਇੱਕੋ ਦਿਨ ਦੇ ਵਿੱਚ ਕਿੰਨੇ ਮਾਮਲੇ ਸਾਡੇ ਨੋਟਿਸ ਦੇ ਵਿੱਚ ਆਉਂਦੇ ਨੇ। ਇੱਕ ਦਿਨ ਦੇ ਵਿੱਚ ਇਹ ਸੱਤਵਾਂ ਅੱਠਵਾਂ ਮਾਮਲਾ, ਸੱਤਵਾਂ ਅੱਠਵਾਂ ਪਰਿਵਾਰ ਹੈ ਜਿਨ੍ਹਾਂ ਨੇ ਸਾਨੂੰ ਅਪਰੋਚ ਕੀਤਾ ਹੈ। ਤਾਂ ਜੇ 24 ਘੰਟਿਆਂ ਦੇ ਵਿੱਚ ਸਾਡੇ ਤੱਕ ਇੰਨੇ ਮਾਮਲੇ ਪਹੁੰਚ ਰਹੇ ਨੇ, ਤਾਂ ਅਸਲ ਦੇ ਵਿੱਚ ਜਿਹੜੀ ਗਰਾਊਂਡ ਰਿਐਲਿਟੀ, ਅਸਲ ਦੇ ਵਿੱਚ ਕਿੰਨੇ ਪਰਿਵਾਰ ਹੋਣਗੇ, ਸੈਂਕੜੇ ਹਜ਼ਾਰਾਂ ਜਾਂ ਲੱਖਾਂ ਪਰਿਵਾਰ ਹੋਣਗੇ ਜਿਨ੍ਹਾਂ ਦੇ ਨਾਲ ਠੱਗੀਆਂ ਹੋਈਆਂ ਨੇ, ਵਿਦੇਸ਼ ਜਾਣ ਦੇ ਨਾਮ 'ਤੇ ਕੈਨੇਡਾ ਜਾਣ ਦਾ ਸੁਪਨਾ ਦੇਖਣਾ, ਅੱਜ ਕਿੰਨਾ ਭਾਰੀ ਪੈ ਰਿਹਾ ਪਰਿਵਾਰਾਂ ਨੂੰ, ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। 32-33 ਲੱਖ ਗਵਾ ਦਿੱਤਾ ਹੈ, ਜ਼ਮੀਨ ਗਵਾ ਦਿੱਤੀ ਹੈ, ਪਸ਼ੂ ਗਵਾ ਦਿੱਤੇ ਨੇ, ਨੂੰਹ ਨੇ ਉੱਥੇ ਜਾ ਕੇ ਬਲੌਕ ਕਰ ਦਿੱਤਾ, ਘਰ ਦੀ ਇੱਜ਼ਤ ਵੱਖਰੀ ਜਿਹੜੀ ਹੈ, ਜਿਹੜੀ ਜਿਹਨੂੰ ਇੱਜ਼ਤ ਨੂੰ ਚਾਰ ਚੰਨ ਲੱਗਣੇ ਚਾਹੀਦੇ ਸੀ, ਉਹ ਇੱਜ਼ਤ ਵੀ ਅੱਜ ਸ਼ਾਇਦ ਗੁਆਂਢ ਵੀ ਚਾਰ ਗੱਲਾਂ ਕਰਦੇ ਹੋਣੇ ਨੇ, ਮਖੌਲ ਉਡਾਉਂਦੇ ਹੋਣੇ ਨੇ ਜੋ ਇਸ ਨੌਜਵਾਨ ਦੇ ਨਾਲ ਹੋਇਆ। ਤਾਂ ਬੱਚਾ ਵੀ ਜਿਹੜਾ ਇਕਲੌਤਾ ਪੁੱਤਰ ਹੈ, ਉਹ ਵੀ ਡਿਪਰੈਸ਼ਨ ਦੇ ਵਿੱਚ ਰਿਹਾ। ਤਾਂ ਇਹ ਕੀ ਹੋ ਰਿਹਾ, ਕਿੱਥੇ ਨੂੰ ਜਾ ਰਿਹਾ ਸਾਡਾ ਸੋਹਣਾ ਪੰਜਾਬ, ਪੰਜਾਬ ਦੇ ਬੱਚੇ, ਪੰਜਾਬ ਦੀ ਨੌਜਵਾਨ ਪੀੜ੍ਹੀ, ਮਾਂ ਬਾਪ ਜਿਨ੍ਹਾਂ 'ਤੇ ਇਲਜ਼ਾਮ ਲੱਗ ਰਹੇ ਨੇ, ਕੁੜੀ ਦੇ ਪਰਿਵਾਰ 'ਤੇ ਅਨੇਕਾਂ ਇਲਜ਼ਾਮ ਲੱਗ ਰਹੇ ਨੇ। ਤਾਂ ਮਾਵਾਂ ਜਿਹੜੀਆਂ ਨੇ ਆਪਣੀ ਧੀਆਂ ਨੂੰ ਹਮੇਸ਼ਾ ਵਸਣ ਦੀ ਸੇਧ ਦੇ ਕੇ, ਵਸਣ ਆਪਣੇ ਸਹੁਰੇ ਜਾ ਕੇ ਵਸੀ, ਆਪਣੇ ਸਹੁਰੇ ਜਾ ਕੇ ਕਦੇ ਵੀ ਮਾਂ ਬਾਪ ਦਾ ਨਾਮ ਨਾ ਖਰਾਬ ਹੋਣ ਦੇਈ, ਮਾਂ ਬਾਪ ਦਾ ਨਾਮ ਰੌਸ਼ਨ ਕਰੀ, ਅਜਿਹੀ ਸਿੱਖਿਆ ਦੇ ਕੇ ਮਾਵਾਂ ਘਰੋਂ ਧੀਆਂ ਨੂੰ ਤੋਰਦੀਆਂ ਹੁੰਦੀਆਂ ਸੀ। ਪਰ ਮਾਵਾਂ ਘਰ ਖਰਾਬ ਕਰ ਰਹੀਆਂ ਨੇ, ਇਸ ਮਾਂ ਨੇ ਘਰ ਖਰਾਬ ਕੀਤਾ, ਇਲਜ਼ਾਮ ਪਰਿਵਾਰ ਲਗਾ ਰਿਹਾ। ਤਾਂ ਅਜਿਹਾ ਕਿਉਂ ਹੋ ਰਿਹਾ, ਸਮਝ ਤੋਂ ਬਾਹਰ ਹੈ, ਪਰ ਸਰਕਾਰਾਂ ਜ਼ਰੂਰ ਦਖਲ ਦੇਣ ਇਹਨਾਂ ਮਾਮਲਿਆਂ ਦੇ ਵਿੱਚ। ਅਤੇ ਉਮੀਦ ਕਰਦੇ ਹਾਂ ਕਿ ਹਰ ਉਸ ਪਰਿਵਾਰ ਨੂੰ ਇਨਸਾਫ ਮਿਲੇ ਜਿਨ੍ਹਾਂ ਦੀ ਇੱਜ਼ਤ ਵੀ ਗਈ, ਜਿਨ੍ਹਾਂ ਦੀ ਜ਼ਮੀਨ ਵੀ ਗਈ, ਅਤੇ ਜਿਨ੍ਹਾਂ ਦੇ ਪੈਸੇ ਵੀ ਗਏ ਨੇ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ, ਪੰਜਾਬੀ।